ਕਿਹੜਾ ਮਾਡਲ ਆ ਇਹ? ਇਹ 57 ਮਾਡਲ ਆ ਜੀ। 57 ਮਾਡਲ ਇਹ ਤੁਸੀਂ ਕਦੋਂ ਲੈਤਾ ਸੀਗਾ? ਇਹ ਤਾਂ ਜੀ ਮੇਰੇ ਦਾਦੇ ਪੜਦਾਦੇ ਨੇ ਲੈਤਾ ਸੀ। ਮਤਲਬ ਵੀ ਜੱਦੀ ਪੁਸ਼ਤੀ ਛੋਟੇ ਕੋਲ ਹੀ ਆ, ਤੁਸੀਂ ਕਢਵਾਇਆ ਸੀ ਇਹ ਨਵਾਂ? ਇਹਨਾਂ ਵੀ ਲੈਤਾ ਸੀ ਕਿਸੇ ਤੋਂ ਵੀ, ਜੇ ਪਤਾ ਹੋਵੇ ਉਹਨਾਂ ਵੇਲਿਆਂ ਚ ਕਿੰਨੇ ਕਦਾ ਲੈਤਾ ਸੀ ਇਹ? ਇਹ ਬਈ ਨਾਲ ਇਹਦੇ ਟਰਾਲੀ ਸੰਦ ਬਹੁਤ ਸਾਰਾ ਆਏ ਸੀਗਾ, 11,000 ਚ ਪਏ। 11,000 ਦਾ ਉਹ ਹੋਰ ਬਈ 50 ਹਾਰਸਪਾਵਰ ਦਾ ਟਰੈਕਟਰ ਆ। ਅੱਛਾ ਜੀ, ਕਾਸੀ ਮਾਤੀ ਜੋੜ ਲਓ, 3 ਲੀਟਰ ਖਾਊਗਾ। ਖਰਚ ਬਹੁਤ ਘੱਟ ਆ ਯਾਰ ਇਹਦਾ, ਬਹੁਤ ਘੱਟ ਬਈ। ਕੱਢੇ ਹੀ ਕੱਲ ਆ ਤੁਹਾਨੂੰ ਦੱਸਾਂ ਕਿੰਨੇ ਚਿਰ ਬਾਅਦ ਇਹ ਘੱਟੋ ਘੱਟ ਹੋ ਗਏ ਹੁਣੀ, ਮੈਂ ਤਾਂ ਲੱਗਦਾ 30 ਸਾਲ ਬਾਅਦ। ਕਿੰਨੇ ਸਾਲਾਂ ਬਾਅਦ? 30 ਸਾਲ ਬਾਅਦ। 30 ਸਾਲ ਬਾਅਦ ਕੱਲ? ਹਾਂ। हाँ जी, सत श्री अकाल जी, की हाल है थोड़ा सारिया का? आप आए सी तलवंडी साबो घोड़िया के मेले से, ते बहुत सोहना ट्रैक्टर आप देखने मिलिया। गल तो बाई होर बाद च करांगे, पहला मैं मूवी वाले नूं कहना भी सारा घूम के बाई नूं। ट्रैक्टर का नाम की आ? कई बंदे का कमेंट करके दसो सानू भी, गैस करो किहड़ा ट्रैक्टर आ। ना नूं आपां बाद च दसांगे, तुहानूं बाई होर नाल भी गलबात करांगे। ते ट्रैक्टर बड़ा सोहना, एक जिहड़ा अपना एपीसोड आउंदा चैनल ते ओल्ड स्कूल, उहदे विच इह आऊगा जी ट्रैक्टर दा। आपां उह च पाउणी आ इह वीडियो। ਬਈ ਕੀ ਹਾਲ ਆ? ਠੀਕ ਆ। ਸਸਿਆ ਬਈ, ਨਾਮ ਕੀ ਆ ਬਈ ਆਪਣਾ? ਮਹਿੰਦਰ ਸਿੰਘ ਬਈ। ਮਹਿੰਦਰ ਸਿੰਘ, ਕਿੱਥੋਂ ਬਲੋਂਗ ਕਰਦੇ ਆਪਾਂ? ਤਲਵੰਡੀ ਸਾਬੋ ਤੋਂ ਵੀ। ਲੈ ਜੀ, ਤਲਵੰਡੀ ਸਾਬੋ ਦਾ ਸਾਡਾ ਲੋਕਲੀ ਟਰੈਕਟਰ ਆ ਇਹ। ਤੇ ਬਈ ਟਰੈਕਟਰ ਦਾ ਨਾਮ ਦੱਸ ਕਿਹੜਾ? ਬਈ ਫੋਰਸਨ ਮੇਜਰ। ਫੋਰਸਨ ਮੇਜਰ ਹੈ ਇਹ? ਫੋਰਡ ਵਾਲਿਆਂ ਦਾ ਹੀ ਆ? ਹਾਂ, ਫੋਰਡ ਵਾਲਿਆਂ ਦਾ ਹੀ। ਕਿਹੜਾ ਮਾਡਲ ਆ ਇਹ? ਇਹ 57 ਮਾਡਲ ਆ ਜੀ। 57 ਮਾਡਲ ਇਹ ਤੁਸੀਂ ਕਦੋਂ ਲੈਤਾ ਸੀਗਾ? ਇਹ ਤਾਂ ਜੀ ਮੇਰੇ ਦਾਦੇ ਪੜਦਾਦੇ ਨੇ ਲੈਤਾ। ਮਤਲਬ ਵੀ ਜੱਦੀ ਪੁਸ਼ਤੀ ਛੋਟੇ ਕੋਲ ਹੀ ਆ, ਤੁਸੀਂ ਕਢਵਾਇਆ ਸੀ ਇਹ ਨਵਾਂ? ਇਹਨਾਂ ਵੀ ਲੈਤਾ ਸੀ ਕਿਸੇ ਤੋਂ ਵੀ, ਜੇ ਪਤਾ ਹੋਵੇ ਉਹਨਾਂ ਵੇਲਿਆਂ ਚ ਕਿੰਨੇ ਕਦਾ ਲੈਤਾ ਸੀ ਇਹ? ਇਹ ਬਈ ਨਾਲ ਇਹਦੇ ਟਰਾਲੀ ਸੰਦ ਬਹੁਤ ਸਾਰਾ ਆਏ ਸੀਗਾ, 11,000 ਚ ਪਏ। 11,000 ਦਾ ਉਦੋਂ ਮੈਨੂੰ ਲੱਗਦਾ ਯਾਰ ਹੁਣ ਤਾਂ ਇਹ ਇਹਦੀ ਕੀਮਤ ਅਨਮੁੱਲ ਹੀ ਹੋਣੀ ਆ, ਹਨਾ? ਅਨਮੁੱਲ ਹੀ ਆ ਬਈ, ਵੇਚਣ ਨੂੰ ਤਾਂ ਨਹੀਂ ਜੀ ਕਰਦਾ ਹੋਣਾ। ਨਾ ਨਾ ਬਈ, ਮੰਗਦੇ ਤਾਂ ਬਹੁਤ ਹੋਣੇ ਮੇਰੇ ਵਰਗੇ, ਦੇਖ ਕੇ ਬਈ ਦੇ ਦੇ। ਰਾਜਸਥਾਨ ਤੋਂ ਹੀ ਬਹੁਤ ਆਏ ਸੀ ਲੋਕ। ਹਾਂ, ਦੇਖਣ ਇਹਨੂੰ। ਰਾਜਸਥਾਨ 'ਚ ਸ਼ੌਂਕੀ ਬਹੁਤ ਨੇ ਬੰਦੇ, ਹਨਾ? ਵੀਡੀਓ ਬਣਾਉਣ ਆਉਂਦੇ ਆ ਬਈ ਬਹੁਤ ਲੋਕ। ਤੇ ਕਿੰਨੀਆਂ ਕੁ ਵੀਡੀਓ ਆ ਚੁੱਕੀਆਂ ਹੁਣ ਤੱਕ ਇਹਦੀਆਂ? ਤੇ ਬਈ ਕਿੰਨਾ ਇਹਦੇ ਕੋਈ ਆਪਾਂ ਦੱਸੀਏ ਇਹਦੇ ਬਾਰੇ ਜਾਣਕਾਰੀ ਜੇ ਦਿਓ, ਵੀ ਕੀ ਸਪੈਸੀਫਿਕੇਸ਼ਨ ਹੈ ਇਹਦੀ ਟਰੈਕਟਰ ਦੀ? ਦੱਸੋ ਕੀ ਕੁਛ ਇਹਦੇ ਵਿੱਚ ਉਹਨਾਂ ਟਾਈਮਾਂ 'ਚ ਟੈਕਨੋਲੋਜੀ ਆਈ ਸੀਗੀ ਸਾਰੀ, ਜੇ ਆਪਾਂ ਦਿਖਾਈਏ ਤਾਂ। ਆਇਆ, ਦੂਰ ਹੋ ਕੇ ਸਾਰਾ ਟਰੈਕਟਰ ਦਿਖਾ ਦੀ। ਤੇ ਆ ਨੰਬਰ ਬਾਈ ਉਦੋਂ ਤੋਂ ਹੀ ਲੱਗਿਆ ਹੋਇਆ ਤੇ? ਹਾਂ ਵੀ ਉਹ ਹੁੰਦੇ ਰਜਿਸਟਰ ਹੁਣ ਕਰਾਇਆ। ਅੱਛਾ, ਸਕਿਉਰਟੀ ਨੰਬਰ ਪਲੇਟ PNF 6471 ਨੰਬਰ ਆ, ਤੇ ਸਟਾਰਟ ਪੁਲੀ ਤੇ ਆ ਨਾ ਵੀ, ਸੈਲਫ ਵੀ ਦੋਨੇ ਤੇ ਆ। ਸੈਲਫ ਵੀ ਆ ਹੈ, ਦੱਸੀ ਫਿਰ ਇਹਦੇ ਬਾਰੇ ਵੀ ਉਹਨਾਂ ਟਾਈਮਾਂ 'ਚ ਕੀ ਕੁਛ ਇਹਦੇ 'ਚ ਆਇਆ ਸੀ ਬਾਈ? ਸਰ ਨੂੰ ਪਹਿਲਾਂ ਸੈਲਫ ਸਟਾਰਟ ਕਰਕੇ ਦਿਖਾਉਣੇ ਦੋ। ਅੱਛਾ ਜੀ, ਇਹ ਚਾਬੀ ਤੇ ਨਹੀਂ ਹੁੰਦਾ? ਹਾਂਜੀ, ਆ ਦਿਖਾਈ ਨੇੜੇ ਆ ਕੇ ਆ ਜਾਓ ਵੀ ਨੇੜੇ ਗੱਲ ਆ ਲਾਤੀ ਸੱਚ। ਹਾਂਜੀ, ਲਓ ਜੀ, ਠੀਕ ਹੈ, ਆਹ ਸੋਚ ਲੱਗੀ ਹੋਈ ਹੈ ਜੀ, ਹੈ ਆਹ ਨੱਪ ਕੇ, ਆਹ ਨੱਪ ਕੇ। ਹਾਂਜੀ, ਫਿਰ ਆਹ ਸੋਚ ਨੱਪਣੀ ਹੈ। ਅੱਛਾ ਅੱਛਾ, ਅੱਛਾ ਉਹ ਕੋਡ ਲਿਖਿਆ ਹੋਇਆ ਮੈਨੂੰ ਲੱਗਦਾ ਥੱਲੇ, ਹੈ ਨਾ, ਸੀਟ ਦੇ ਥੱਲੇ। ਆਹ ਵੀ ਸਾਰੇ ਕਿਤੇ ਲੈ ਗਿਆ, ਸਾਰੇ ਕਿਤੇ ਲੈ ਗਿਆ, ਆਹ ਨਾਲ ਗੇਅਰ ਲੀਵਰ ਲੂਵਰ ਦੱਸੇ ਆ, ਤੇ ਇਹ ਹਾਈ ਲੋ ਕਿੰਨੀਆਂ ਸਪੀਡਾਂ 'ਚ ਸੀਗਾ ਬਾਈ? ਇਹ ਬਾਈ ਇਹਦੇ ਅੰਗਰੇਜ਼ਾਂ ਦਾ ਹਿਸਾਬ ਆ, ਸਾਰਾ ਦੇ ਰੱਖਿਆ ਇਹਨਾਂ ਨੇ, ਗੇਅਰ ਵੱਧ ਦੇ ਰੱਖੇ ਆ ਹਾਈ ਲੋ ਵਾਲੇ। ਹਾਂਜੀ, ਆਹ ਸਾਰੀਆਂ ਸਪੀਡਾਂ ਦੇ ਰੱਖੀਆਂ ਇਹਨਾਂ ਨੇ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਲਿਫਟ ਲੋਕ ਕਿੰਨੀ ਕਪੈਸਿਟੀ ਦੀ ਸੀਗੀ ਉਸ ਟਾਈਮ 'ਚ? ਉਸ ਟਾਈਮ 'ਚ ਇਹ ਤੈਨੂੰ ਆਹ ਕਿਹੜੇ ਕਿਹੜੇ ਸੰਦ? ਹਾਂ ਹਾਂ, ਇਹ ਸਪੈਸ਼ਲ ਗੇਅਰ ਰੱਖਿਆ ਗਿਆ। ਅੱਛਾ, ਨਿਕਲਿਆ ਪਿਆ, ਇਹਨੂੰ ਲਾਵਾਂਗੇ, ਫਿਰ ਲਿਫਟ ਚੱਕੂਗਾ, ਫਿਰ ਪੀਡੀਓ ਚੱਲੂਗੀ, ਫਿਰ ਚੱਲੂਗੀ। ਹਾਂ, ਹੁਣ ਨਿਕਲਿਆ ਪਿਆ, ਹੁਣ ਕੁਛ ਨਹੀਂ ਚਲਾਉਂਦਾ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਹੋਰ ਬਈ ਇਹਦੇ ਬਾਰੇ ਜੇ ਆਪਾਂ ਜਾਣਕਾਰੀ? ਹੋਰ ਬਈ 50 ਹਾਰਸਪਾਵਰ ਦਾ ਟਰੈਕਟਰ ਆ। ਅੱਛਾ ਜੀ, ਕਾਸੀ ਮਾਤੀ ਜੋੜ ਲਓ, 3 ਲੀਟਰ ਖਾਊਗਾ। ਖਰਚ ਬਹੁਤ ਘੱਟ ਆ ਯਾਰ ਇਹਦਾ, ਬਹੁਤ ਘੱਟ। ਠੀਕ ਹੈ, ਤੇ ਇਹਦੀ ਫਿਰ ਆਮ ਮਿਸਤਰੀ ਸਰਵਿਸ ਇਹ ਫਿਰ ਸਰਵਿਸ ਕਿੱਥੋਂ ਕਰਾਉਣੇ? ਤਲਵੰਡੀਓਂ ਕਰਾ ਲੈਂਦੇ ਆਪਣੇ? ਇਹ ਬਈ ਕੱਢੇ ਹੀ ਕੱਲ ਆ ਤੁਹਾਨੂੰ ਦੱਸਾਂ। ਕਿੰਨੇ ਚਿਰ ਬਾਅਦ ਇਹ? ਘੱਟੋ ਘੱਟ ਹੋ ਗਏ ਹੁਣੀ, ਮੈਂ ਤਾਂ ਲੱਗਦਾ 30 ਸਾਲ ਬਾਅਦ। ਕਿੰਨੇ ਸਾਲਾਂ ਬਾਅਦ? 30 ਸਾਲ ਬਾਅਦ। 30 ਸਾਲ ਬਾਅਦ ਕੱਲ? ਹਾਂ, ਕੱਲ ਹੀ ਕੱਢਿਆ। ਐਂ ਸਟਾਰਟ ਹੋ ਗਿਆ ਬੈਟਰੀ ਇਹਦੀ? ਹੋ ਕਮਾਲ ਦੀ ਗੱਲ ਆ ਯਾਰ, ਪੱਕੀ ਗੱਲ ਆ, ਸੱਚ ਬੋਲਦਾ। ਹਾਂ, ਸਹੀ ਗੱਲ ਆ ਬਈ, ਕਮਾਲ ਨਾ। ਅਸੀਂ ਦੱਸਾਂ 95 'ਚ ਸਵਰਾਜ ਕਢਾਇਆ ਸੀਗਾ ਅਸੀਂ। ਹਾਂ, ਉਦੋਂ ਬਾਅਦ ਲਾਤਾ ਸਿੰਦਰ। ਅੱਛਾ ਅੱਛਾ ਅੱਛਾ, ਤੇ ਬਈ ਰੰਗ ਰੁੰਗ ਓਰੀਜਨਲ ਪਿਆ? ਆ ਬਾਅਦ 'ਚ ਕਰਾਇਆ ਸੀਗਾ ਇਹ। ਅੱਛਾ, ਬਾਅਦ 'ਚ ਕਰਾਇਆ। ਅਸਲੀ ਰੰਗ ਤਾਂ ਇਹਦਾ ਪਰਲੇ ਪਾਸੇ ਰੰਗ, ਇੱਥੇ ਸੀ ਰੰਗ ਇਹਦਾ ਅਸਲੀ ਤਾਂ ਪਰਲੇ ਪਾਸੇ। ਲਓ ਜੀ, ਦੇਖੋ ਆਹ ਰੰਗ ਇਹਦਾ ਅਸਲੀ, ਤਾਂ ਰੰਗ ਅਸਲੀ ਆਹ ਰੰਗ ਇਹਦਾ ਹੈ।
ठीक है ठीक है ठीक है। ਤੇ ਬਈ ਫਿਰ ਇਹ ਮੰਨ ਲਾ ਵੀ ਕੱਲ 30 ਸਾਲਾਂ ਬਾਅਦ ਤੁਸੀਂ ਕਹਿਣਾ ਕੱਢਿਆ ਕੱਢਿਆ ਆਹੀ ਤੇਲ ਤੂਲ ਚੈੱਕ ਕੀਤਾ ਉਹ ਕੁਝ ਆਹੀ ਸਟਾਰਟ ਹੋ ਗਿਆ ਉਹ ਯਾਰ ਵੀ ਜਿਹੜੀ ਪੁਰਾਣੀ ਚੀਜ਼ ਆ ਹਨਾ ਪੁਰਾਣੀ ਆ ਇਹ ਗੱਲ ਤਾਂ ਹੈਗੀ ਸਹਿਮਤ ਹੋਏ ਨਾਲ ਆਹ ਦੇਖ ਲਓ ਜੀ ਦੂਜੇ ਆ ਇਹਦੇ ਰਿਮ ਜੇ ਵੀ ਤੇ ਪਿਛਲੇ 12436 ਦੇ ਲਓ ਜੀ ਟਾਇਰਾਂ ਦਾ ਕੀ ਸਾਈਜ਼ ਆ ਇਹਦਾ ਪਿਛਲਾ ठीक है डिग पे ट्राली का जिम्मे अज कल भी लिफ्ट चकते हैं हाँ चकते ऑटोमेटिकली पै जाती है निकल जाती पै सीधी जाती सी ठीक है जी ठीक है थले ट्रैक्टर मैं कहना एक वीडियो आप होर करे आके भी बनावांगे लुटा ए भी होगा मार्का लाइटां सारियां आ देखो जी मेड इन इंग्लैंड ए भी लिखा हुआ था ओरिजिनल आ ट्रैक्टर।